सिद्धू प्रधान बनते हैं तो गुरजीत सिंह औजला नाल खड़नगे साथ देंगे। जो भी पार्टी हाईकमांड फैसला करेगी असी नाल। 2022 ਦੇ ਵਿੱਚ ਸਿੱਧੂ ਦੀ ਪ੍ਰਧਾਨਗੀ ਦੇ ਨਾਲ ਬੇੜਾ ਪਾਰ ਲੱਗੇਗਾ ਕਾਂਗਰਸ ਦਾ? ਬਿਲਕੁਲ ਪਾਰ ਲੱਗੇਗਾ, ਕਿਉਂ ਨਹੀਂ ਲੱਗੇਗਾ। ਕਾਂਗਰਸ ਦਾ ਵਰਕਰ ਔਰ ਕਾਂਗਰਸ ਦਾ ਇੱਕ ਇੱਕ ਲੀਡਰ ਆਪਣੀ ਜਿੰਦ ਜਾਨ ਲਾਏਗਾ। 2022 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਚੋਣ ਲੜਿਆ ਜਾਵੇ ਜਾਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ? ਔਜਲਾ ਹੋਣੀ ਕੀ ਚਾਹੁੰਦੇ ਨੇ? ਔਜਲਾ ਹੋਣੀ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਵੀ ਅਗਵਾਈ ਕਰਨ, ਕੈਪਟਨ ਅਮਰਿੰਦਰ ਸਿੰਘ ਮਾਨਯੋਗ ਮੁੱਖ ਮੰਤਰੀ ਜਿਨ੍ਹਾਂ 4.5 ਸਾਲ ਪੰਜਾਬ ਦੀ ਅਗਵਾਈ ਕੀਤੀ ਹੈ ਔਰ ਅੱਗੇ ਵੀ ਅਗਵਾਈ ਕਰਨ। ਮਾਝਾ ਐਕਸਪ੍ਰੈਸ ਤੋਂ ਬਾਅਦ ਤੁਸੀਂ ਨੇੜੇ ਆਏ, ਹਰੇਕ ਫੋਟੋ ਦੇ ਵਿੱਚ ਨਜ਼ਰ ਆਉਂਦੇ ਸੀ, ਪਰ ਕੱਲ੍ਹ ਪ੍ਰਤਾਪ ਸਿੰਘ ਬਾਜਵਾ ਹੋਣੀ ਨਜ਼ਦੀਕ ਬੈਠੇ ਸੀ, ਨਾਲ ਬੈਠੇ ਸੀਗੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਹੋਣਾਂ ਦੇ। ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਔਰ ਜਿਹੜਾ ਮਰਜ਼ੀ ਉੱਥੇ ਜਾ ਸਕਦਾ। ਇਸ ਤੋਂ ਇੱਕ ਦਿਨ ਪਹਿਲਾਂ ਸਰਕਾਰੀਆ ਸਾਹਿਬ ਵੀ ਬੈਠੇ ਸੀ, ਚਾਹੇ ਤੁਸੀਂ ਉਹਨਾਂ ਨੂੰ ਵਿਰੋਧੀ ਖੇਮੇ 'ਚ ਕਹਿੰਦੇ ਜੀ, ਗੀਟੇ ਲੋਮੇ ਬੈਠੇ ਸੀ, ਚਾਹੇ ਵਿਰੋਧੀ ਖੇਮੇ 'ਚ ਗਿਣਦੇ। ਤੁਹਾਡੇ ਮੁਤਾਬਿਕ ਅੰਮ੍ਰਿਤਸਰ ਤੋਂ ਇਹਨੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਨਾਲ ਤਾਲੁਕ ਰੱਖਦੇ ਨੇ, ਕਿਹੋ ਜਿਹੇ ਇਨਸਾਨ ਨੇ ਨਵਜੋਤ ਸਿੰਘ ਸਿੱਧੂ? ਚੰਗੇ ਇਨਸਾਨ ਨੇ ਜੀ। ਸੁਖਬੀਰ ਸਿੰਘ ਬਾਦਲ ਹੁਣੀ ਕਹਿ ਰਹੇ ਨੇ ਕਿ ਨਵਜੋਤ ਸਿੱਧੂ ਦਾ ਸਿਰਫ ਮਕਸਦ ਇੱਕੋ ਹੈ, ਕਿ ਕੀ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਸੀਐਮ ਦੀ ਕੁਰਸੀ ਤੋਂ ਲਾਉਣਾ ਚਾਹੁੰਦੇ ਨੇ। ਆਪਣਾ ਵਿਚਾਰ ਰੱਖਣ, ਕਿਉਂਕਿ ਵਿਕਰਮ ਮਜੀਠੀਆ ਦਾ ਵੀ ਇੱਕ ਹੀ ਮਕਸਦ ਹੈ ਕਿ ਸੁਖਬੀਰ ਬਾਦਲ ਨੂੰ ਕੁਰਸੀ ਤੋਂ ਲਾ ਕੇ ਮੁੱਖ ਮੰਤਰੀ ਬਣਨਾ। ਉਹਨੇ ਆਉਣ ਵਾਲੇ ਸਮੇਂ ਸੁਖਬੀਰ ਬਾਦਲ ਆਪਣਾ ਧਿਆਨ ਰੱਖਣਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ, ਮੈਂ ਹਾਂ ਵਿਕਰਮ ਸਿੰਘ। ਪੰਜਾਬ ਕਾਂਗਰਸ ਦੇ ਵਿੱਚ ਲਗਾਤਾਰ ਖਲਾਰੇ ਵੱਧ ਰਹੇ ਸੀ ਔਰ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਏਗਾ ਔਰ ਨਵਜੋਤ ਸਿੰਘ ਸਿੱਧੂ ਹੁਣ ਪੂਰੇ ਸਰਗਰਮ ਹੋ ਗਏ ਨੇ, ਪੂਰੇ ਐਕਟਿਵ ਹੋ ਗਏ ਨੇ ਔਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ, ਚਰਚਾਵਾਂ ਚੱਲ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਨ। ਔਰ ਗੱਲਬਾਤ ਕਰਾਂਗੇ ਗੁਰਜੀਤ ਸਿੰਘ ਔਜਲਾ, MP ਸਾਡੇ ਨਾਲ ਮੌਜੂਦ ਨੇ। ਔਜਲਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ 'ਤੇ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਜਲਾ ਸਾਹਿਬ, ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਨ ਜਾ ਰਹੇ ਨੇ, ਸਵਾਗਤ ਕਰੋਗੇ? ਦੇਖੋ, ਜੋ ਵੀ ਪਾਰਟੀ ਹਾਈਕਮਾਂਡ ਫੈਸਲਾ ਰਹੇਗੀ ਉਹ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਅਸੀਂ ਉਹਦੇ ਨਾਲ ਨੇ। ਚਾਹੇ ਸਰਦਾਰ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਕਿਸੇ ਨੂੰ ਵੀ ਉਹ ਪ੍ਰਧਾਨ ਬਣਾਉਂਦੇ ਨੇ, ਉਹਦੇ ਸਾਰਾ ਇੱਕ ਮੁੱਖ ਜਾਂ ਸਾਰੀ ਪਾਰਟੀ ਕਹਿ ਚੁੱਕੀ ਹੈ, ਛੋਟੇ ਲੀਡਰ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਜੀ ਤੱਕ ਉਹਨੇ ਵੀ ਕਿਹਾ ਹੈ। ਮਤਲਬ ਸਿੱਧੂ ਪ੍ਰਧਾਨ ਬਣਦੇ ਆ ਤਾਂ ਗੁਰਜੀਤ ਸਿੰਘ ਔਜਲਾ ਨਾਲ ਖੜਨਗੇ, ਸਾਥ ਦੇਣਗੇ? ਮੈਂ ਦੱਸਿਆ, ਜੋ ਵੀ ਪਾਰਟੀ ਹਾਈਕਮਾਂਡ ਫੈਸਲਾ ਕਰੇਗੀ ਅਸੀਂ ਨਾਲ ਹੈ, ਬਿਲਕੁਲ। ਔਜਲਾ ਸਾਹਿਬ, ਕਿਸ ਤਰ੍ਹਾਂ ਦੇਖਿਆ ਜਾਵੇ, ਮੀਟਿੰਗਾਂ ਦਾ ਦੌਰ ਚੱਲ ਰਿਹਾ, ਕੈਪਟਨ ਅਮਰਿੰਦਰ ਸਿੰਘ ਹੁਣੀ ਵੀ ਮੀਟਿੰਗਾਂ ਕਰ ਰਹੇ ਨੇ ਔਰ ਕੱਲ੍ਹ ਨਵਜੋਤ ਸਿੰਘ ਸਿੱਧੂ ਵੀ ਬੜੇ ਸਰਗਰਮ ਹੋ ਗਏ ਔਰ ਮੰਤਰੀਆਂ ਦੇ ਘਰ ਜਾ ਕੇ ਆਏ, MLAs ਨਾਲ ਮੁਲਾਕਾਤ ਕਰ ਰਹੇ ਨੇ, ਕਿਸ ਤਰ੍ਹਾਂ ਦੇਖਿਆ ਜਾਵੇ ਇਸ ਨੂੰ? ਕਾਂਗਰਸ ਆਜੂਗੀ ਟਰੈਕ ਤੇ, ਜਿਹੜੀ ਹੁਣ ਟਰੈਕ ਆਊਟ ਆਫ ਟਰੈਕ ਹੋਈ ਹੋਈ ਹੈ ਗੱਡੀ? ਦੇਖੋ, ਕੈਪਟਨ ਅਮਰਿੰਦਰ ਸਿੰਘ ਤੇ ਹਮੇਸ਼ਾ ਹੀ ਮੀਟਿੰਗਾਂ ਜਿਹੜੀਆਂ ਨੇ ਉਹਨਾਂ ਦੇ ਸੀਐਮ ਹਾਊਸ ਤੇ ਸਿਸਵਾ ਫਾਰਮ ਤੇ ਹੁੰਦੀਆਂ ਰਹਿੰਦੀਆਂ ਨੇ, ਕੋਈ ਨਵੀਂ ਮੀਟਿੰਗ ਦੇ ਵਿੱਚ ਕੋਈ ਨਹੀਂ, ਕੋਈ ਅਲੱਗ ਦੀ ਮੀਟਿੰਗ ਤੇ ਹੈ ਨਹੀਂ। ਜਿੱਥੇ ਤੱਕ ਸਿੱਧੂ ਸਾਹਿਬ ਦਾ ਆ, ਉਹ ਵੀ ਲੀਡਰ ਸਾਹਿਬਾਨ ਨੂੰ ਮਿਲ ਰਹੇ ਆ ਔਰ ਪਾਰਟੀ ਦੇ ਸੀਨੀਅਰ ਲੀਡਰ ਸਾਹਿਬਾਨ ਨੂੰ ਮਿਲ ਰਹੇ, ਕੋਈ ਇਹੋ ਜਿਹੇ ਬੰਦੇ ਨਾਲ ਨਹੀਂ ਮਿਲ ਰਹੇ ਜਿਹਦੇ ਨਾਲ ਸਾਡੀ ਕੋਈ ਪਾਰਟੀ ਦੀ ਅਲਾਈਨਮੈਂਟ ਨਾ ਹੋਵੇ ਜਾਂ ਪਾਰਟੀ ਤੋਂ ਕੋਈ ਬਾਹਰ ਦੂਜੀ ਪਾਰਟੀ ਦਾ ਬੰਦਾ ਹੋਵੇ। ਸੋ ਇਹਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈਗੀ। ਮੇਰਾ ਖਿਆਲ ਆ, ਹਰ ਸੀਨੀਅਰ ਲੀਡਰ ਨੂੰ ਮਿਲਣਾ ਵੀ ਚਾਹੀਦਾ, ਉਹ ਮਿਲ ਵੀ ਰਹੇ ਨੇ, ਚੰਗੀ ਗੱਲ ਹੈ। ਔਜਲਾ ਸਾਹਿਬ, ਨਹੀਂ ਗੱਲ ਇਹ ਸੀਗੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਮੁਲਾਕਾਤ ਹੋਈ ਹੈ, ਜਿਹੜੀ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਹੋਈ ਔਰ ਪ੍ਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਦੇ ਘਰ ਜਾ ਕੇ ਆਏ ਨੇ, ਇੱਕ ਸਿਸਵਾ ਫਾਰਮ ਹਾਊਸ ਜਾ ਕੇ ਆਏ ਨੇ। ਉਸ ਤੋਂ ਬਾਅਦ ਚਰਚਾਵਾਂ ਹੋਰ ਤੇਜ਼ ਹੋ ਗਈਆਂ ਨੇ ਕਿ ਪ੍ਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲੇ ਆ, ਚਾਹੁੰਦੇ ਕੀ ਨੇ, ਹੋਊਗਾ ਕੀ ਅੱਗੇ? ਦੇਖੋ, ਇਹ ਗੱਲ ਜਿਹੜੀ ਹੈ ਨਾ, ਸਰਦਾਰ ਪ੍ਰਤਾਪ ਸਿੰਘ ਬਾਜਵਾ ਔਰ ਕੈਪਟਨ ਅਮਰਿੰਦਰ ਸਿੰਘ ਦੇ ਮਿਲਦੀ, ਕਿਉਂਕਿ ਕਾਫੀ ਸਮਾਂ 'ਚੋਂ ਇਹਨਾਂ ਦਾ ਆਪਸੀ ਤਾਲਮੇਲ ਨਹੀਂ ਸੀ ਹੈਗਾ, ਇਹ ਆਪਾਂ ਨੂੰ ਵੀ ਸਭਨਾਂ ਨੂੰ ਪਤਾ ਆ, ਪਰ ਉਹਨੂੰ ਤੁਸੀਂ ਇਹਦੇ ਨਾਲ ਜੋੜ ਕੇ ਨਹੀਂ ਦੇਖ ਸਕਦੇ ਹੈਗੇ, ਕਿਉਂਕਿ ਇਸ ਤੋਂ ਪਹਿਲਾਂ ਪਾਰਟੀ ਹਾਈਕਮਾਂਡ ਨੇ 3-ਮੈਂਬਰੀ ਕਮੇਟੀ ਬਣਾਈ, ਉਹਦੇ 'ਚ ਹਰ ਕਿਸੇ ਦੀ ਗੱਲ ਸੁਣੀ, ਹਰ MLA ਸਾਹਿਬਾਨ ਦੀ, ਸੀਨੀਅਰ ਲੀਡਰ ਸਾਹਿਬਾਨ ਦੀ, MP ਸਾਹਿਬਾਨ ਦੀ, ਮਿਨਿਸਟਰ ਸਾਹਿਬਾਨ ਦੀ, ਕੋਈ ਚੁਣੇ ਹੋਏ ਨੁਮਾਇੰਦੇ ਭਾਵੇਂ ਨਹੀਂ ਸੀ, ਸਭਨਾਂ ਦੀ ਸੀਨੀਅਰ ਪਾਰਟੀ ਲੀਡਰ ਦੀ ਗੱਲਬਾਤ ਸੁਣੀ। ਉਸ ਤੋਂ ਬਾਅਦ ਸਰਦਾਰ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਵੀ ਬੁਲਾਇਆ, ਬਾਅਦ ਸਾਡੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੁਲਾਇਆ। ਮੇਰਾ ਖਿਆਲ ਇਸ ਤੋਂ ਬਾਅਦ ਇਹਦੀ ਤਾਂ ਕੋਈ ਐਕਸਰਸਾਈਜ਼ ਵਾਲੀ ਗੱਲ ਹੈ ਹੀ ਨਹੀਂ ਗੀ ਹੁਣ ਕੋਈ ਵੀ ਇਹੀ ਜੀ, ਇਹ ਤਾਂ ਹੁਣ ਪਾਰਟੀ ਹਾਈਕਮਾਂਡ ਦੇ ਕੋਲ ਹੈ ਔਰ ਕੈਪਟਨ ਸਾਹਿਬ ਉੱਥੋਂ ਨਿਕਲਦਿਆਂ ਕਹਿ ਵੀ ਚੁੱਕੇ ਨੇ ਕਿ ਜੋ ਵੀ CP ਫੈਸਲਾ ਕਰਨਗੇ ਸਾਡੇ ਕਾਂਗਰਸ ਪ੍ਰੈਜ਼ੀਡੈਂਟ, ਅਸੀਂ ਸਾਰੇ ਨਾਲ ਹੈ। ਮੇਰਾ ਖਿਆਲ ਇਹਦੇ 'ਚ ਮਿਲਣ ਨਾ ਮਿਲਣ ਦੇ 'ਚ ਕੋਈ ਏਡੀ ਗੱਲ ਨਹੀਂ ਹੈਗੀ ਇਸ ਗੱਲ ਦੀ। ਔਜਲ ਸਾਹਿਬ, ਇਹ ਵੀ ਚਰਚਾ ਸੀਗੀ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਚਿੱਠੀ ਲਿਖ ਕੇ ਵਿਰੋਧ ਜਤਾਇਆ ਕਿ ਜੇ ਸਿੱਧੂ ਪ੍ਰਧਾਨ ਬਣਦੇ ਆ ਤਾਂ ਪੁਰਾਣੇ ਕਾਂਗਰਸੀ ਨਾਰਾਜ਼ ਹੋ ਜਾਣਗੇ। ਦੇਖੋ, ਮੇਰੀ ਗੱਲ ਸੁਣੋਗੇ, ਕੈਪਟਨ ਸਾਹਿਬ ਇੱਕ ਵੱਡੇ ਲੀਡਰ ਨੇ, ਵੱਡਾ ਕੱਦ ਹੈ, ਹੋ ਸਕਦਾ ਉਹਨੂੰ ਕੋਈ ਇਹੋ ਜਿਹੀ ਇਨਪੁੱਟ ਹੋਵੇ, ਪਰ ਮੇਰਾ ਖਿਆਲ ਇਹੋ ਜਿਹੀ ਕੋਈ ਗੱਲ ਹੈ ਨਹੀਂ, ਕਿਉਂਕਿ ਚਿੱਠੀ ਲਿਖਣ ਦੀ ਗੱਲ ਮੇਰੇ ਨੌਲੇਜ 'ਚ ਨਹੀਂ ਹੈਗੀ, ਤੁਹਾਡੇ ਕੋਲੇ ਮੈਂ ਸੁਣੀ ਹੈ, ਉਹਦੇ 'ਚ ਕੀ ਲਿਖਿਆ
ਇਹ ਵੀ ਮੈਨੂੰ ਪਤਾ ਨਹੀਂ ਇਹਦੇ ਕਿਆਸ ਰਹੀਆਂ ਨੇ ਨਾ ਹਰ ਕੋਈ ਆਪੋ ਆਪਣੀ ਲਗਾ ਰਿਹਾ ਉਹ ਸਾਡਾ ਚਿੱਠੀ ਦੇ ਵਿੱਚ ਉਹਨਾਂ 2022 ਦੀ ਇਲੈਕਸ਼ਨ ਪ੍ਰਤੀ ਕੋਈ ਗੱਲਾਂ ਕਹੀਆਂ ਹੋਣ ਕੋਈ ਜਿਹੜੇ ਉਹਨਾਂ ਨੇ ਕੰਮ ਕੀਤੇ ਉਹਨਾਂ ਪ੍ਰਤੀ ਉਹਨਾਂ ਨੇ ਗੱਲ ਲਿਖ ਕੇ ਭੇਜੀ ਹੋਵੇ ਵੀ ਆਹ ਕੰਮ ਹੋ ਗਿਆ ਰਹਿ ਗਏ ਨੇ ਇਹ ਤਾਂ ਤੁਹਾਡੇ ਮੁਤਾਬਕ ਕਹਿੰਦੇ ਕਿ ਹੋ ਰਿਹਾ ਹੈ ਪਰ ਮੈਨੂੰ ਇਹਦੇ ਬਾਰੇ ਕੋਈ ਇੰਨੀ ਨੌਲੇਜ ਨਹੀਂ ਹੈਗੀ ਜਿਹੜੀ ਗੱਲ ਤੁਸੀਂ ਕਹਿ ਰਹੇ ਔਰ ਸਾਹਿਬ ਬੜੇ ਨਜ਼ਦੀਕ ਸੀਗੇ ਕਿਉਂਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਔਰ ਮਾਝਾ ਐਕਸਪ੍ਰੈਸ ਤੋਂ ਬਾਅਦ ਤੁਸੀਂ ਨੇੜੇ ਆਏ ਹਰੇਕ ਫੋਟੋ ਦੇ ਵਿੱਚ ਨਜ਼ਰ ਆਉਂਦੇ ਸੀ ਪਰ ਕੱਲ੍ਹ ਪ੍ਰਤਾਪ ਸਿੰਘ ਬਾਜਵਾ ਹੁਣੀ ਨਜ਼ਦੀਕ ਬੈਠੇ ਸੀ ਨਾਲ ਬੈਠੇ ਸੀਗੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਦੇਖੋ ਉਹਨਾਂ ਦੇ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਔਰ ਜਿਹੜਾ ਮਰਜ਼ੀ ਉੱਥੇ ਜਾ ਸਕਦਾ ਇਹ ਤੋਂ ਇੱਕ ਦਿਨ ਪਹਿਲਾਂ ਸਰਕਾਰੀਆ ਸਾਹਿਬ ਵੀ ਬੈਠੇ ਸੀ ਚਾਹੇ ਤੁਸੀਂ ਉਹਨਾਂ ਨੂੰ ਵਿਰੋਧੀ ਖੇਮੇ 'ਚ ਗਿਣਦੇ ਜੇ ਕਿ ਗੀਟੇ ਲੋਮੇ ਬੈਠੇ ਸੀ ਚਾਹੇ ਵਿਰੋਧੀ ਖੇਮੇ 'ਚ ਗਿਣਦੇ ਜੇ ਇਹ ਤਾਂ ਸਾਰਿਆਂ ਦਾ ਮਿਲਣਾ ਇੱਕ ਮੁੱਖ ਮੰਤਰੀ ਨਾਲ ਹਰੇਕ ਨੂੰ ਕੰਮ ਪੈ ਸਕਦਾ ਆ ਸਾਰੇ MLA ਜਿਹੜੇ ਤੁਸੀਂ ਦੇਖ ਰਹੇ ਜਿਨ੍ਹਾਂ ਨੂੰ ਤੁਸੀਂ ਭਾਸ਼ਾ ਦੇ ਵਿੱਚ ਅੰਦਰੂਨੀ ਵਿਰੋਧੀ ਗਿਣਦੇ ਜੇ ਜਾਂ ਕਹਿ ਰਹੇ ਜੇ ਉਹ ਸਾਰੇ ਹੀ ਆ ਕੇ ਉੱਥੇ ਕੰਮ ਤੇ ਹੁੰਦੇ ਨੇ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨਾਲ ਹਰੇਕ ਨੇ ਗੱਲਬਾਤ ਕਰਨੀ ਹੈ ਇਹਦੇ 'ਚ ਕੋਈ ਗੱਲ ਨਹੀਂ ਹੈਗੀ ਇਹੋ ਜੀ ਉਹ ਕੋਈ ਹਾਈਕਮਾਂਡ ਨੂੰ ਚੈਲੰਜ ਕਰ ਰਹੇ ਆ ਜਾਂ ਹਾਈਕਮਾਂਡ ਨੂੰ ਕੋਈ ਗੱਲ ਕਹਿ ਰਹੇ ਆ ਕਦੀ ਵੀ ਉਹਨਾਂ ਨੇ ਇਹੋ ਜਿਹੀ ਗੱਲ ਨਹੀਂ ਕੀਤੀ ਉਹਦੇ ਔਨ ਮੀਡੀਆ ਰਿਕਾਰਡ ਜਿਹੜੀ ਗੱਲ ਕਹਿ ਚੁੱਕੇ ਆ ਕੈਪਟਨ ਸਾਹਿਬ ਉਹ ਤੋਂ ਕਦੀ ਪਿੱਛੇ ਵੀ ਨਹੀਂ ਹਟਦੇ ਔਰ ਨਾ ਹਟਣ ਉਹਨਾਂ ਨੇ ਜੋ ਸੀ ਫੈਸਲਾ ਕਰੀ ਉਹਦੇ ਨਾਲ ਆ ਵਿਰੋਧੀ ਖੇਮੇ ਦਾ ਜ਼ਿਕਰ ਹੁੰਦਾ ਤੁਸੀਂ ਵੀ ਜ਼ਿਕਰ ਕੀਤਾ ਵਿਰੋਧੀ ਖੇਮੇ ਦਾ ਉਹ ਵਿਰੋਧੀ ਖੇਮਾ ਹੁਣ ਤੱਕ ਇਹ ਗੱਲ ਕਹਿੰਦਾ ਰਿਹਾ ਪ੍ਰਤਾਪ ਸਿੰਘ ਬਾਜਵਾ ਤਾਂ ਔਨ ਰਿਕਾਰਡ ਬੋਲਦੇ ਰਹੇ ਆ ਕਿ ਸਾਨੂੰ ਤਾਂ ਕਦੇ ਮਿਲਣ ਦਾ ਟਾਈਮ ਵੀ ਨਹੀਂ ਦਿੱਤਾ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਰਹੇ ਪ੍ਰਗਟ ਸਿੰਘ ਕਹਿੰਦੇ ਰਹੇ ਕਿ ਸਾਡੀਆਂ ਤਾਂ ਚਿੱਠੀਆਂ ਦੇ ਜਵਾਬ ਨਹੀਂ ਦਿੱਤੇ ਦੇਖੋ ਉਹ ਗੱਲਾਂ ਹੁਣ ਉਸ ਤੋਂ ਬਾਅਦ ਮੈਂ ਕਹਿੰਦਾ ਕਿ ਜਿਹੜੀ ਪਾਰਟੀ ਹਾਈਕਮਾਂਡ ਨੇ ਜਿਹੜੀ ਐਕਸਰਸਾਈਜ਼ ਕੀਤੀ ਹੈ ਉਸ ਤੋਂ ਬਾਅਦ ਇਹ ਗੱਲਾਂ ਦਾ ਕੋਈ ਮਹਿਣਾ ਰਹਿ ਨਹੀਂ ਜਾਂਦਾ ਕਿਉਂਕਿ ਸਾਰੀਆਂ ਗੱਲਾਂ ਅਸੀਂ ਪਾਰਟੀ ਹਾਈਕਮਾਂਡ ਦੇ ਧਿਆਨ 'ਚ ਲਿਆ ਚੁੱਕੇ ਹਾਂ ਸਾਡੇ ਸਭ ਤੋਂ ਉੱਪਰ ਪਾਰਟੀ ਹਾਈਕਮਾਂਡ ਹੈ ਜਿਹੜਾ ਖੜਾ ਉਸ ਤੋਂ ਬਾਅਦ ਜੇ ਕੋਈ ਗੱਲਬਾਤ ਹੁੰਦੀ ਹੈ ਹੋ ਸਕਦਾ ਕੋਈ ਸਖਾਵਾਂ ਮਾਹੌਲ ਆਪਸ 'ਚ ਪੈਦਾ ਹੋ ਜਾਂਦਾ ਆ ਸਾਰਿਆਂ ਦੀ ਗੱਲਬਾਤ ਆਪਸ 'ਚ ਹੋ ਜਾਂਦੀ ਹੈ ਅਤੇ ਮਨ ਮੁਟਾਵ ਜਿਹੜੇ ਖਤਮ ਹੋ ਜਾਂਦੇ ਆ ਕਾਂਗਰਸ ਇੱਕ ਪਰਿਵਾਰ ਹੈ ਪਰਿਵਾਰ ਦੇ ਵਿੱਚ ਕੋਈ ਵੀ ਗੱਲ ਹੋ ਸਕਦੀ ਹੈ ਪਰਿਵਾਰ ਦੇ ਵਿੱਚ ਕਦੀ ਵੀ ਮਤਲਬ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪੱਕੇ ਤੌਰ ਤੇ ਵਖਰੇਵੇਂ ਹੁੰਦੇ ਨੇ ਪਰਿਵਾਰ ਦੇ ਵਿੱਚ ਹਰੇਕ ਨੂੰ ਹਰ ਫੈਮਿਲੀ ਮੈਂਬਰ ਨੂੰ ਗੱਲ ਰੱਖਣ ਦਾ ਅਧਿਕਾਰ ਹੈ ਅਤੇ ਮੈਨੂੰ ਤਾਂ ਖੁਸ਼ੀ ਇਸ ਗੱਲ ਦੀ ਹੈ ਕਿ ਸਾਡਾ ਕਾਂਗਰਸ ਦਾ ਕਿਹੋ ਜਿਹਾ ਪਰਿਵਾਰ ਹੈਗਾ ਕਿ ਇੱਥੇ ਲੋਕਤੰਤਰ ਹੈਗਾ ਇੱਥੇ ਅਕਾਲੀ ਦਲ ਵੱਲੋਂ ਨਹੀਂ ਵਾਂਗੂ ਨਹੀਂ ਹੈਗਾ ਕਿ ਜੇ ਕੋਰ ਕਮੇਟੀ 'ਚ ਵੀ ਕਿਸੇ ਨੇ ਗੱਲ ਕੀਤੀ ਹੈ ਉਹਦੇ 'ਚ ਵੀ ਉਹਨੂੰ ਪਾਰਟੀ 'ਚ ਬਾਹਰ ਦਾ ਰਸਤਾ ਦਿਖਾ ਦਿਓ ਚਾਹੇ ਸਰਦਾਰਦੇਵ ਸਿੰਘ ਢੀਂਡਸਾ ਜੀ ਹੋਣ ਚਾਹੇ ਰਣਜੀਤ ਸਿੰਘ ਬ੍ਰਹਮਪੁਰਾ ਜੀ ਹੋਣ ਚਾਹੇ ਸੇਵਾ ਸਿੰਘ ਸੇਖਵਾ ਜੀ ਹੋਣ ਜਿਹੇ ਤਨੰਤਰ ਵੱਡੇ ਲੀਡਰ ਖਤਮ ਕੀਤੇ ਨੇ ਅਕਾਲੀ ਦਲ ਨੇ ਪਰ ਸਾਡੀ ਪਾਰਟੀ 'ਚ ਅਜਿਹਾ ਨਹੀਂ ਹੈਗਾ ਸਾਡੀ ਪਾਰਟੀ 'ਚ ਹਰੇਕ ਨੂੰ ਗੱਲ ਰੱਖਣ ਦਾ ਅਧਿਕਾਰ ਹੈ ਤੁਸੀਂ ਦੇਖੋ 3 ਮੈਂਬਰੀ ਕਮੇਟੀ ਤੋਂ ਰਹਿ ਕੇ ਰਾਹੁਲ ਗਾਂਧੀ ਜੀ ਨੇ ਬਾਰ ਬਾਰ ਵੀ ਕਈ ਲੀਡਰਾਂ ਨੂੰ 2-2-3-3 ਵਾਰ ਬੁਲਾ ਕੇ ਵੀ ਗੱਲ ਸੁਣੀ ਹੈ ਇਹ ਤੋਂ ਵੱਡਾ ਖੂਬਸੂਰਤੀ ਹੋਰ ਕੀ ਹੋਣੀ ਚਾਹੀਦੀ ਹੈ ਇਹ ਆਮ ਆਦਮੀ ਪਾਰਟੀ ਵਰਗੀ ਪਾਰਟੀ ਨਹੀਂ ਕਿ ਇਹ ਜਿੱਥੇ ਸੁਖਪਾਲ ਸਿੰਘ ਖਹਿਰਾ ਹੋਣਾ ਇੱਕ ਕਿਹਾ ਹੋਵੇ ਕਿ ਕੇਜਰੀਵਾਲ ਜੀ ਨੂੰ ਮਾਫ਼ੀ ਨਹੀਂ ਮੰਗਣੀ ਚਾਹੀਦੀ ਸੀ ਵਿਕਰਮ ਜੀਠੀਏ ਤੋਂ ਉਹਨਾਂ ਨੂੰ ਇੱਕ ਟਵੀਟ ਕਰਕੇ ਬਾਹਰ ਦਾ ਰਸਤਾ ਦਿਖਾ ਦੇਵੇ ਇਹੋ ਜਿਹੀ ਪਾਰਟੀ ਨਹੀਂ ਹੈਗੀ ਕਾਂਗਰਸ ਪਾਰਟੀ ਮੈਨੂੰ ਖੁਸ਼ੀ ਹੈ ਕਿ ਸਾਡੀ ਪਾਰਟੀ ਵਿੱਚ ਗੱਲ ਕਰਨ ਦੀ ਮਤਲਬ ਕਿਸੇ ਨੂੰ ਹਰੇਕ ਨੂੰ ਅਧਿਕਾਰ ਤੇ ਹੈ ਨਾ ਇਹ ਤਾਂ ਨਹੀਂਗਾ ਕਿ ਆਪਣੀ ਗੱਲ ਲੈ ਜਾਓ ਦੱਬ ਕੇ ਆਪਣੀ ਗੱਲ ਹਰ ਕਿਸੇ ਨੇ ਰੱਖੀ ਹੈ ਹੁਣ ਪਾਰਟੀ ਹਾਈਕਮਾਂਡ ਨੇ ਜੋ ਫੈਸਲਾ ਕਰਨਾ ਸਾਰੇ ਉਹਦੇ ਨਾਲ ਪਾਰਟੀ ਹਾਈਕਮਾਂਡ ਜੋ ਵੀ ਫੈਸਲਾ ਲਏਗਾ ਉਹ ਸਾਰਿਆਂ ਨੂੰ ਮਨਜ਼ੂਰ ਹੋਏਗਾ ਇਹੀ ਗੱਲ ਕੈਪਟਨ ਸਾਹਿਬ ਕਹਿ ਰਹੇ ਨੇ ਬਿਲਕੁਲ ਸਾਰੇ ਕਹਿ ਰਹੇ ਜੀ ਕੈਪਟਨ ਸਾਹਿਬ ਵੀ ਕਹਿ ਰਹੇ ਆ ਹਾਈ ਇੱਕ ਇੱਕ ਬੰਦਾ ਕਹਿ ਰਿਹਾ ਹੈ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਅਜਨ ਸਾਹਿਬ ਇੱਕ ਸਵਾਲ ਹੈ ਮੇਰਾ ਕੱਲ ਜਿੱਦਾਂ ਕਿ ਨਵਜੋਤ ਸਿੰਘ ਸਿੱਧੂ ਆਏ ਨਵਜੋਤ ਸਿੰਘ ਸਿੱਧੂ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਹੁਣਾਂ ਦੇ ਘਰ ਜਾਂਦੇ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਜਾਂਦੇ ਨੇ ਫਿਰ ਉਸ ਤੋਂ ਬਾਅਦ ਬਲਵੀਰ ਸਿੱਧੂ ਹੁਣਾਂ ਦੇ ਘਰ ਜਾਂਦੇ ਆ ਫਿਰ ਲਾਲ ਸਿੰਘ ਜੀ ਹੁਣਾਂ ਦੇ ਘਰ ਜਾਂਦੇ ਆ ਫਿਰ ਗੁਰਪ੍ਰੀਤ ਕਾਂਗੜ ਹੁਣਾਂ ਦੇ ਘਰ ਜਾਂਦੇ ਔਰ ਅੱਜ ਵੀ ਪਟਿਆਲਾ ਦੇ ਵਿੱਚ ਲਗਾਤਾਰ ਮੁਲਾਕਾਤਾਂ ਦਾ ਦੌਰ ਜਾਰੀ ਹੈ ਰੁੱਸਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਹੀ ਜਾ ਸਕਦੀ ਹੈ ਵੀ ਪ੍ਰਧਾਨਗੀ ਦੇ ਐਲਾਨ ਤੋਂ ਪਹਿਲਾਂ ਮਨਾ ਲਈਏ ਸਭ ਨੂੰ ਇੱਥੇ ਕੋਈ ਰੁੱਸਿਆ ਨਹੀਂਗਾ ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦਾ ਆਪਣੇ ਵਿਚਾਰਾਂ ਦੀ ਗੱਲ ਹੋ ਸਕਦੀ ਰੁੱਸਿਆ ਕੋਈ ਕਿਸੇ ਨਾਲ ਨਹੀਂ ਹੈਗੇ ਜਿਹੜੇ ਨਾਂ ਤੁਸੀਂ ਲਏ ਹੈ ਇਹ ਸਾਰੇ ਕੈਪਟਨ ਸਾਹਿਬ ਨਾਲ ਵੀ ਮਿਲਦੇ ਨੇ ਸਰਦਾਰ ਲਾਲ ਸਿੰਘ ਹੁਣੀ ਕੈਪਟਨ ਸਾਹਿਬ ਨਾਲ ਨਹੀਂ ਮਿਲੇ ਜਾਖੜ ਸਾਹਿਬ ਕੈਪਟਨ ਸਾਹਿਬ ਨਾਲ ਇੱਕ ਗੱਲ ਹੈ ਕਿਹਦੀ ਗੱਲ ਘੱਟ ਹੈ ਕੈਪਟਨ ਸਾਹਿਬ ਨਾਲ ਹਾਂ ਵਿਚਾਰਕ ਮਤਭੇਦ ਪਾਰਟੀ ਦੇ ਅੰਦਰੂਨੀ ਹੋ ਸਕਦੇ ਆ ਪਰ ਕਦੀ ਵੀ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਕੋਈ ਕਿਸੇ ਦੇ ਨਾਲ ਇੰਨਾ ਜ਼ਿਆਦਾ ਰੁੱਸਿਆਂ ਵਾਲੀ ਗੱਲ ਹੋਵੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਸਾਰੇ ਪਾਰਟੀ 'ਚ ਇੱਕ ਮੰਚ ਤੇ ਤੁਸੀਂ ਦੇਖੋਗੇ 2022 ਇਲੈਕਸ਼ਨ ਕਾਂਗਰਸ ਲੜੇਗੀ ਔਰ ਜਿੱਤੇਗੀ ਵੀ 2022 ਦੇ ਵਿੱਚ ਸਿੱਧੂ ਦੀ ਪ੍ਰਧਾਨਗੀ ਦੇ ਨਾਲ ਬੇੜਾ ਪਾਰ ਲੱਗੇਗਾ ਕਾਂਗਰਸ ਦਾ ਦੇਖੋ ਜਿਹਨੂੰ ਵੀ ਪ੍ਰਧਾਨ ਬਣਾਉਣਗੇ ਬਿਲਕੁਲ ਪਾਰ ਲੱਗੇਗਾ ਕਿਉਂ ਨਹੀਂ ਲੱਗੇਗਾ ਕਾਂਗਰਸ ਦਾ ਵਰਕਰ ਔਰ ਕਾਂਗਰਸ ਦਾ ਇੱਕ ਇੱਕ ਲੀਡਰ ਆਪਣੀ ਜਿੰਦ ਜਾਨ ਲਾਏਗਾ ਕਾਂਗਰਸ ਆਪਣੀ ਪ੍ਰਾਪਤੀਆਂ ਲੈ ਕੇ ਜਾਏਗੀ ਲੋਕਾਂ ਦੇ ਵਿੱਚ ਕਿਉਂ ਨਹੀਂ ਜਿੱਤੇਗਾ ਸੁਖੀ ਰੰਧਾਵਾ ਹੁਣੀ ਕੱਲ ਕਹਿ ਰਹੇ ਸੀ ਔਜਲਾ ਸਾਹਿਬ ਕਿ ਸਿੱਧੂ ਪ੍ਰਧਾਨ ਬਣਦੇ ਆ ਤਾਂ ਬਹੁਤ ਬਲ ਮਿਲੇਗਾ ਸਾਡੀ ਪਾਰਟੀ ਨੂੰ ਦੇਖੋ ਕੋਈ ਉਹ ਹਰ ਇੱਕ ਦਾ ਜਦੋਂ ਪ੍ਰਧਾਨ ਨਵਾਂ ਆਉਂਦਾ ਆ ਸਾਰੇ ਵਰਕਰ ਸਾਰੇ ਲੀਡਰ ਸਾਹਿਬਾਨ ਇਹ ਸਾਡੀ ਕਾਂਗਰਸ ਦੀ ਕਵਾਇਦ ਰਹੀ ਹੈ ਕੋਈ ਵੀ
ਤੁਸੀਂ ਮੀਡੀਆ 'ਚ ਜ਼ਰੂਰ ਗੱਲ ਕਰਦੇ ਜੇ ਤੁਹਾਡੀਆਂ ਧੜੇਬੰਦੀਆਂ ਨੇ ਤੁਹਾਡੇ ਕਾਡੋ ਕਲੇਜ ਨੇ ਪਰ ਕਿਸੇ ਨੇ ਵੀ ਕਦੀ ਕਿਹਾ ਕਿ ਕੋਈ ਪਾਰਟੀ ਪ੍ਰਧਾਨ ਬਣਾਏਗੇ ਤੇ ਮੈਨੂੰ ਮਨਜ਼ੂਰ ਨਹੀਂ ਹਰੇਕ ਨੇ ਕਿਹਾ ਕਿ ਜਿਹਨੂੰ ਵੀ ਪਾਰਟੀ ਪ੍ਰਧਾਨ ਬਣਾਏਗੀ ਅਸੀਂ ਸਾਰੇ ਇਕੱਠੇ ਹੋ ਕੇ ਨਾਲ ਚੱਲਾਂਗੇ ਇੰਨੀ ਦੇਰੀ ਕਿਉਂ ਲੱਗੀ ਔਜਲਾ ਸਾਹਿਬ ਕਿਉਂਕਿ ਲੰਬੇ ਸਮੇਂ ਤੋਂ ਚਰਚਾਵਾਂ ਨੇ ਕਿਆ ਸੁਣਾਈਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਤੁਹਾਡੇ ਮੁਤਾਬਕ ਇੰਨੀ ਦੇਰੀ ਕਿਉਂ ਰਸਮੀ ਤੌਰ ਤੇ ਐਲਾਨ ਨਹੀਂ ਹੋ ਪਾਇਆ ਹਜੇ ਤੱਕ ਜਦੋਂ ਹਰੇਕ ਦੀ ਗੱਲ ਸੁਣਨੀ ਪੈਣੀ ਹੈ ਹਰੇਕ ਦੀ ਗੱਲ ਦਾ ਮਹਿਣਾ ਰੱਖਦੀ ਹੈ ਪਾਰਟੀ ਤੇ ਫਿਰ ਦੇਰੀ ਤੇ ਲੱਗਦੀ ਹੈ ਤੇ ਜੇ ਤੇ ਇੱਕੋ ਜਿਹਾ ਇੱਕ ਪਰਿਵਾਰ ਦੇ ਵਾਂਗੂ ਹੋਵੇ ਕਿ ਇੱਥੇ ਮਤਲਬ ਬਾਦਲ ਸਾਹਿਬ ਨੇ ਫੈਸਲਾ ਕਰਨਾ ਉਹ ਤੇ ਲੰਬੀ ਤੇ ਜਿਹੜਾ ਮਰਜ਼ੀ ਕਰ ਸਕਦਾ ਹੈ ਪਰ ਇੱਥੇ ਹਰ ਪਾਰਟੀ ਦੇ ਹਰ ਲੀਡਰ ਨੂੰ ਬੜੇ ਧਿਆਨ ਨਾਲ ਸੁਣਿਆ ਜਾਂਦਾ ਔਰ ਦੁਬਾਰਾ ਬੁਲਾ ਕੇ ਵੀ ਸੁਣਿਆ ਜਾਂਦਾ ਜਿਹੜੇ ਸੀਨੀਅਰ ਲੀਡਰ ਹੈ ਵੀ ਕੋਈ ਗੱਲ ਰਹਿ ਨਾ ਜਾਵੇ ਕੋਈ ਗੱਲ ਦਾ ਫਰਕ ਨਾ ਰਹਿ ਜੇ ਇਹ ਪਾਰਟੀ ਦੀ ਖੂਬਸੂਰਤੀ ਹੈ ਸਾਡੀ ਜੇ ਕੋਈ ਤੁਸੀਂ ਦੂਜੇ ਪੱਖ ਨਾਲ ਨਾ ਦੇਖੋ ਇਹਨੂੰ ਕਿਹਦੀ ਇਹਦੀ ਖੂਬਸੂਰਤੀ ਨੂੰ ਦੇਖੋ ਕਿਆ ਹੈ ठीक है औजला साहब दो मिनट का समा मैं होर लेना थोड़े तो 2022 दे विच कैप्टन अमरिंदर सिंह की अगवाई दे विच चोन लड़िया जाए या नवजोत सिंह सिद्धू की अगवाई दे विच औजला होनी की चाहते ने औजला होनी चाहते ने कि नवजोत सिंह सिद्धू भी अगवाई कर कैप्टन अमरिंदर सिंह मानजोग मुख्यमंत्री जिन्हें साढ़े चार साल पंजाब की अगवाई की है और अगे भी अगवाई कर औजला साहब कहते दोवें लीडर की असी सारे लीडर इकट्ठे होकर पंजाब दे विच इलैक्शन कूदी और इलैक्शन जीती है और सन्मानयोग बड़े ने उम्र तो भी बड़े फादर फादर फिगर ने मानयोग मुख्यमंत्री साहब और हमेशा सिद्धू साहब ने भी कहा कि मेरे बजुर्गों के सम्मान ने और इकट्ठे होकर ही इलेक्शन लड़ांगे इकट्ठे कर दोगे दोनों ਤੁਹਾਡੀ ਕੀ ਭੂਮਿਕਾ ਰਹੂਗੀ ਔਜਲਾ ਸਾਹਿਬ ਦੋਨਾਂ ਨੂੰ ਇਕੱਠੇ ਕਰਨ ਦੇ ਵਿੱਚ ਦੇਖੋ ਜੀ ਮੇਰੀ ਮੈਂ ਤੇ ਬਹੁਤ ਛੋਟਾ ਹਾਂ ਔਰ ਉਹਨਾਂ ਨੇ ਆਪ ਖੁਦ ਕਿਹਾ ਜਦੋਂ ਕਾਂਗਰਸ ਪਾਰਟੀ ਨੇ ਕਹਿ ਦਿੱਤਾ ਕਿ ਦੋ ਕਾਂਗਰਸ ਪ੍ਰੈਜ਼ੀਡੈਂਟ ਫੈਸਲਾ ਕਰੇਗੀ ਇਕੱਠੀ ਇਸ ਤੋਂ ਬਾਅਦ ਇਕੱਠੇ ਦੀ ਹੋਰ ਕੀ ਆਵਾਜ਼ ਹੁੰਦੀ ਹੈ ਇਹ ਇੱਕ ਮਤਲਬ ਦੱਸਿਆ ਗਿਆ ਹੁੰਦਾ ਇਸ ਤੋਂ ਬਾਅਦ ਬੰਦਾ ਇਸ ਤੋਂ ਪੈਰ ਨਹੀਂ ਪਿੱਛੇ ਹਟ ਸਕਦਾ ਜਦੋਂ ਕਹਿ ਦਿੱਤਾ ਕਾਂਗਰਸ ਪ੍ਰੈਜ਼ੀਡੈਂਟ ਜੋ ਫੈਸਲਾ ਕਰੇਗੀ ਉਸ ਨਾਲ ਔਜਲਾ ਸਾਹਿਬ ਇੱਕ ਸਵਾਲ ਹੈ ਮੇਰਾ ਇਸੇ ਨੂੰ ਦੇਖਦਿਆਂ ਹੋਇਆ ਇੱਕ ਦੋ ਚੀਜ਼ਾਂ ਤੇ ਹੋਰ ਚਰਚਾ ਕਰਨੀ ਹੈ ਮੈਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿੱਚ ਚਰਚਾਵਾਂ ਸੀ ਕਿ ਪਾਰਟੀ ਨੂੰ ਨੁਕਸਾਨ ਹੋ ਸਕਦਾ ਜੇ ਸਿੱਧੂ ਪ੍ਰਧਾਨ ਬਣਦੇ ਨੇ ਤਾਂ ਤੁਹਾਡੇ ਮੁਤਾਬਿਕ ਅੰਮ੍ਰਿਤਸਰ ਤੋਂ ਇਹਨੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਨਾਲ ਤਾਲੁਕ ਰੱਖਦੇ ਨੇ ਕਿਹੋ ਜਿਹੇ ਇਨਸਾਨ ਨੇ ਨਵਜੋਤ ਸਿੰਘ ਸਿੱਧੂ ਚੰਗੇ ਇਨਸਾਨ ਨੇ ਜੀ ਉਹਨਾਂ ਨੂੰ ਸਾਰਾ ਮਤਲਬ ਕ੍ਰਿਕਟਰ ਰਹੇ ਨੇ ਕਮੈਂਟਰੀ ਅੱਛੀ ਕੀਤੀ ਹੈ ਔਰ ਉਹਨਾਂ ਦਾ ਸਪੋਰਟਸ ਜਿੱਥੇ ਤਜਰਬਾ ਹੈ ਕਿਉਂਕਿ ਜਾਤੀ ਤੇ ਮੈਂ ਤੇ ਬਹੁਤ ਜ਼ਿਆਦਾ ਲਾਗੀ ਨਹੀਂ ਹੋ ਕੇ ਦੇਖਿਆ ਬਟ ਉਹਨਾਂ ਦਾ ਜਿਸ ਤਰ੍ਹਾਂ ਹਾਵ ਭਾਵ ਹੈ ਠੀਕ ਨੇ ਠੀਕ ਹੈ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਤੁਸੀਂ ਜ਼ਿਕਰ ਕੀਤਾ ਸੀ ਉਸ ਤੇ ਵੀ ਗੱਲ ਕਰਾਂਗੇ ਮੈਂ ਇੱਕ ਸਵਾਲ ਹੋਰ ਲੈਣਾ ਮਨੀਸ਼ ਤਿਵਾੜੀ ਹੁਣਾਂ ਨੇ ਟਵੀਟ ਕੀਤਾ ਸੀ ਉਹਨਾਂ ਨੇ ਇਕੁਐਲਿਟੀ ਨੂੰ ਲੈ ਕੇ ਕਿਹਾ ਉਹਨਾਂ ਨੇ ਕਿਹਾ ਕਿ ਬਰਾਬਰ ਦਾ ਅਧਿਕਾਰ ਹੋਣਾ ਚਾਹੀਦਾ ਹੈ ਇੰਡੀਕੇਟ ਕੀਤਾ ਸੀ ਕਿ ਜੱਟ ਸਿੱਖ ਤਾਂ ਸੀਐਮ ਹੈ ਔਰ ਜੇ ਪ੍ਰਧਾਨ ਵੀ ਤੁਸੀਂ ਜੱਟ ਸਿੱਖ ਲਾ ਦੋਗੇ ਤਾਂ ਇਹ ਬਰਾਬਰੀ ਨਹੀਂ ਹੋਏਗੀ ਇਹ ਸਭ ਨੂੰ ਸਮਾਨ ਜੋ ਕਿ ਸਮਾਨਤਾ ਦੇ ਤੌਰ ਤੇ ਰੱਖਣਾ ਚਾਹੀਦਾ ਇਹ ਗੱਲ ਉਹਨਾਂ ਨੇ ਕਹੀ ਹੈ ਕਿਉਂਕਿ ਉਹਨਾਂ ਨੇ ਇੱਕ ਗ੍ਰਾਫ ਵੀ ਸ਼ੇਅਰ ਕੀਤਾ ਹੈ ਕਿ ਹਿੰਦੂ ਸਿੱਖਾਂ ਦਾ 9 ਮਾਸ ਦਾ ਰਿਸ਼ਤਾ ਮਨੀਸ਼ ਤਿਵਾੜੀ ਹੁਣਾਂ ਨੇ ਟਵੀਟ ਕੀਤਾ ਸੀ ਇਸ ਤੇ ਕੀ ਕਹੋਗੇ ਦੇਖੋ ਵਿਅਕਤੀਗਤ ਤੌਰ ਤੇ ਕਿਸੇ ਦੇ ਵਿਚਾਰ ਕਿਸੇ ਨਾਲ ਆਪਣੇ ਹੋ ਸਕਦੇ ਆ ਪਰ ਸਾਂਝੇ ਤੌਰ ਤੇ ਮਨੀਸ਼ ਤਿਵਾੜੀ ਜੀ ਆਪਣੀ ਗੱਲ ਆਲਰੇਡੀ ਹਾਈ ਕਮਾਂਡ ਕੋ ਰੱਖ ਚੁੱਕੇ ਨੇ ਜਿੱਥੇ ਜਿਹੜੀ ਜਿੱਥੇ ਰੱਖਣ ਦਾ ਸਮਾਂ ਸੀ ਉਹ ਉਹਨਾਂ ਦੇ ਵਿਅਕਤੀਗਤ ਤੌਰ ਤੇ ਹਰ ਬੰਦੇ ਦੇ ਆਪੋ ਆਪਣੇ ਵਿਚਾਰ ਹੁੰਦੇ ਆ ਉਹਨਾਂ ਨੇ ਆਪਣੇ ਐਂਗਲ ਤੋਂ ਦੇਖਿਆ ਔਰ ਸਭ ਇਹ ਗੱਲ ਵੀ ਹੈ ਕਿ ਜੇ ਪ੍ਰਧਾਨ ਵੀ ਜੱਟ ਸਿੱਖ ਲਾ ਦਿੱਤਾ ਜਾਂਦਾ ਹੈ ਔਰ ਫਿਰ ਇਸ ਦੇ ਨਾਲ ਤਾਂ ਨਹੀਂ ਕਿ ਪਾਰਟੀ ਦਾ ਜੋ ਹਿੰਦੂ ਕੈਡਰ ਆ ਉਹ ਨਾਰਾਜ਼ ਹੋਊਗਾ ਜਾਂ ਦਲਿਤ ਵੋਟ ਬੈਂਕ ਆ ਦਲਿਤ ਜਿਹੜੇ ਲੋਕ ਜੁੜੇ ਹੋਏ ਆ ਪਾਰਟੀ ਦੇ ਨਾਲ ਉਹਨਾਂ ਨੂੰ ਕਿੱਦਾਂ ਨਾਲ ਲੈ ਕੇ ਚੱਲੋਗੇ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਹਰ ਇੱਕ ਮਤਲਬ ਅਹੁਦੇ ਦੇ ਉੱਤੇ ਜਿਹੋ ਜਿਹੇ ਆਦਮੀ ਦੀ ਲੋੜ ਹੈ ਉਹੋ ਜਿਹੇ ਆਦਮੀ ਨੂੰ ਪੋਸਟ ਦਿੱਤੀ ਹੈ ਚਾਹੇ ਡਾਕਟਰ ਮਨਮੋਹਨ ਸਿੰਘ ਹੋਣ ਉਦੋਂ ਤੇ ਇਹ ਨਹੀਂ ਹੋਇਆ ਕਿ ਸਾਰੇ ਦੇਸ਼ 'ਚ ਬਾਕੀ ਹਿੰਦੂ ਨਾਰਾਜ਼ ਹੋ ਗਏ ਸੀ ਤੇ ਸਭ ਬਾਕੀ ਸਾਰੇ ਨਾਰਾਜ਼ ਹੋ ਗਏ ਸੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਂ ਦੁਬਾਰਾ ਪ੍ਰਧਾਨ ਮੰਤਰੀ ਐਲਾਨਿਆ ਗਿਆ ਸਾਰੇ ਨਾਲ ਚੱਲੇ ਨੇ ਡਾਕਟਰ ਅਬਦੁਲ ਕਲਾਮ ਜੀ ਨੂੰ ਜਦੋਂ ਰਾਸ਼ਟਰਪਤੀ ਬਣਾਇਆ ਗਿਆ ਸਾਰੇ ਦੇਸ਼ ਨੇ ਸਵਾਗਤ ਕੀਤਾ ਇਹ ਨਹੀਂ ਗੱਲ ਹੁੰਦੀ ਜਿਹੜਾ ਬੰਦਾ ਜਿਹੜੀ ਪੋਸਟ ਵਾਸਤੇ ਹੈਗਾ ਉਹ ਪਾਰਟੀ ਨੇ ਡਿਸਾਈਡ ਕਰਨਾ ਹੁੰਦਾ ਔਰ ਸਾਰੇ ਉਹ ਸਾਰੀਆਂ ਧਿਰਾਂ ਨਾਲ ਚੱਲਦੀ ਹੈ ਸਾਡੀ ਪਾਰਟੀ 'ਚ ਕਦੀ ਜਾਤ ਪਾਤ ਦੇ ਨਾਂ ਤੇ ਰਾਜਨੀਤੀ ਨਹੀਂ ਹੋਈ ਹਾਂ ਠੀਕ ਹੈ ਹਰ ਇੱਕ ਦਾ ਬਰਾਬਰ ਦਾ ਅਧਿਕਾਰ ਦਾ ਖਿਆਲ ਪਾਰਟੀ ਹਮੇਸ਼ਾ ਰੱਖਦੀ ਹੈ ਚਾਹੇ ਦਲਿਤ ਵਰਗ ਹੋਵੇ ਚਾਹੇ ਹਿੰਦੂ ਵਰਗ ਹੋਵੇ ਉਹਨਾਂ ਦਾ ਮਾਨ ਸਤਿਕਾਰ ਬਰਾਬਰ ਹੁੰਦਾ ਹੈ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਤੁਸੀਂ ਜ਼ਿਕਰ ਕੀਤਾ ਸੀ ਔਜਲਾ ਸਾਹਿਬ ਸੁਖਬੀਰ ਸਿੰਘ ਬਾਦਲ ਹੁਣੀ ਕਹਿ ਰਹੇ ਨੇ ਇਸ ਤੇ ਆਖਰੀ ਸਵਾਲ ਹੋਏਗਾ ਮੇਰਾ ਔਰ ਸੁਖਬੀਰ ਸਿੰਘ ਬਾਦਲ ਹੁਣੀ ਕਹਿ ਰਹੇ ਨੇ ਕਿ ਨਵਜੋਤ ਸਿੱਧੂ ਦਾ ਸਿਰਫ ਮਕਸਦ ਇੱਕੋ ਇੱਕ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਸੀਐਮ ਦੀ ਕੁਰਸੀ ਤੋਂ ਲਾਉਣਾ ਚਾਹੁੰਦੇ ਨੇ ਦੇਖੋ ਨਵਜੋਤ ਸਿੱਧੂ ਦਾ ਮਕਸਦ ਕੀ ਹੈਗਾ ਕੀ ਨਹੀਂ ਹੈਗਾ ਪਰ ਸੁਖਬੀਰ ਬਾਦਲ ਹੁਣਾਂ ਦਾ ਜਿਹੜਾ ਮਕਸਦ ਹੈ ਉਹ ਆਪਣਾ ਆਪਣਾ ਵਿਚਾਰ ਰੱਖਣ ਕਿਉਂਕਿ ਵਿਕਰਮ ਮਜੀਠੀਆ ਦਾ ਵੀ ਇੱਕ ਹੀ ਮਕਸਦ ਹੈ ਕਿ ਸੁਖਬੀਰ ਬਾਦਲ ਨੂੰ ਕੁਰਸੀ ਦਿਵਾ ਕੇ ਮੁੱਖ ਮੰਤਰੀ ਬਣਨਾ ਉਹਨੇ ਆਉਣ ਵਾਲੇ ਸਮੇਂ ਸੁਖਬੀਰ ਬਾਦਲ ਆਪਣਾ ਧਿਆਨ ਰੱਖੇ ਵਿਕਰਮ ਮਜੀਠੀਆ ਉਹਦੇ ਦੁਆਲੇ ਆ ਬਿਲਕੁਲ ਉਹਦਾ ਧਿਆਨ ਉਹ ਆਪਣੇ ਵਿਕਰਮ ਮਜੀਠੀ ਤੋਂ ਬਚੇ ਉਹਨੇ ਮੁੱਖ ਮੰਤਰੀ ਬਣਨਾ ਹੈ ਉਹਨਾਂ ਨੇ ਸਮੇਂ ਜੋ ਕਹਿੰਦੇ ਮੈਂ ਬਣਾਏ ਪਰਿਵਾਰ ਦੇਖੋ ਆਪਣਾ ਤੁਸੀਂ
ठीक है औजला साहब, एक चीज़ नू लेके जिदा कि किसानी अंदोलन चल रहा है उसनू लेके पार्टी का की स्टैंड रहेगा, क्योंकि विप जारी कर दिता है किसान आगुआ ने भी, उसनू लेके की कहोगे? उस स्टैंड ते अज असीं मीटिंग भी कर रहे हैं उस स्टैंड दे उत्ते, क्योंकि पार्टी ने जिहड़ा असीं ते पकड़ साडा ते स्पष्ट है पहिलों शुरू तों तुहानूं पता है कि असीं जिथे पार्लीमेंट दे अंदर अपनी गल रखी है किसानां दे हक दे विच, उत्थे बाहर भी असीं 7 महीने तों धरना चल रहा साडा, साडे स्टैंड दे विच ते कोई दुचती है ही नहीं गी, पर असीं जिहड़ा किसानां ने साडे नाल मिल के मंग पत्र दित्ते ने उहदे वास्ते असीं अज हुण मीटिंग है हुण साडी, उहदे विच असीं सारे पंजाब दे एमपी इकट्ठे हो के उहदी स्ट्रैटजी बनावांगे। जिहड़ी शाम दी मीटिंग होएगी दो एमपी नूं अधिकार किसानी मसले के उत्ते साडी मीटिंग है हुण, असीं 2 बजे इकट्ठे होणा है सारे मैंबर पार्लीमेंट लोकसभा और राज्यसभा, उहदे विच जिहड़े किसानां ने सानूं मंग पत्र दित्ते ने उहदे बारे भी डिस्कशन करनी है और अपनी स्ट्रैटजी बना के असीं अंदर दी, क्योंकि 400 किसानां तों वध जिहड़े आ उह जाना जा चुकियां ने रहे ने, असीं भी उत्थे लगातार जंतर मंतर ते तुहाडे सामने 7 महीनिआं तों बैठे हैं, उह सारीआं गल्लां बातां असीं डिसाइड करके दो मैंबर पार्लीमेंट जिहड़े उहनां नूं कहांगे, एक राज्यसभा ते लोकसभा ते अपनी गल जिहड़ी वर्चुअल मीटिंग दे विच रखणगे, और ताकि जिहड़ा पार्टी नूं अगाह कर सकीए कि साडा पंजाब दा एमपी दे उहनां दा आ स्टैंड है और पार्टी भी उहदे नाल खड़ी है शुरू तों ही खड़ी है, पर होर भी जिहड़े नैशनल इशू है ਮਹਿੰਗਾਈ ਨੂੰ ਲੈ ਕੇ ਬਹੁਤ ਵੱਡਾ ਇਸ਼ੂ ਹੈ, ਤੇਲ ਮਹਿੰਗੇ ਨੇ, ਪੈਟਰੋਲ, ਗੈਸ ਸਿਲੰਡਰ ਔਰ ਹੋਰ ਵੀ ਸਰੋਂ ਦੇ ਤੇਲ ਵਰਗੇ ਬਹੁਤ ਮਹਿੰਗਾਈ ਵੱਧ ਚੁੱਕੀ ਹੈ, ਉਹ ਇਸ਼ੂ ਜਿਹੜੇ ਸਾਰੇ ਆ ਅੱਜ ਡਿਸਕਸ ਕਰਕੇ ਤੇ ਪਾਰਟੀ ਦਾ ਸ਼ਾਮੀ 6 ਵਜੇ ਸਾਡੀ ਵਰਚੁਅਲ ਮੀਟਿੰਗ ਹੈ ਸ੍ਰੀਮਤੀ ਸੋਨੀਆ ਗਾਂਧੀ ਜੀ ਨਾਲ, ਉਹਦੇ 'ਚ ਅਸੀਂ ਡਿਸਾਈਡ ਕਰਾਂਗੇ ਇਹ ਗੱਲ ਰੱਖਾਂਗੇ। ਅੱਛਾ, ਅੱਜ ਸੋਨੀਆ ਗਾਂਧੀ ਹੁਣਾਂ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਤਮਾਮ ਐਮਪੀਜ਼ ਨੇ ਜੋ ਪੰਜਾਬ ਦੇ ਜਾਂ ਜਿੰਨੇ ਵੀ ਐਮਪੀਜ਼ ਨੇ, ਤੇ ਵਰਚੁਅਲ ਮੀਟਿੰਗ ਹੋਣੀ ਹੈ, ਸਾਡੇ ਸਾਰੇ ਐਮਪੀ ਉਸ ਵਰਚੁਅਲ ਮੀਟਿੰਗ 'ਚ ਹੋਣਗੇ। ਮੁੱਦਾ ਕਿਸਾਨੀ ਰਹੇਗਾ ਜਾਂ ਰਾਜਨੀਤਿਕ ਗੱਲਾਂ ਤੇ ਵੀ ਚਰਚਾ ਹੋਏਗੀ ਔਜਲਾ ਸਾਹਿਬ? ਹਾਂਜੀ, ਮੁੱਦਾ ਕਿਸਾਨੀ ਅੰਦੋਲਨ ਦਾ ਰਹੇਗਾ ਜਾਂ ਹੋਰ ਵੀ ਗੱਲਾਂ ਤੇ ਚਰਚਾ ਹੋ ਸਕਦੀ ਹੈ? ਕੋਲ ਕਿਸਾਨੀ ਅੰਦੋਲਨ ਦਾ ਮੁੱਦਾ ਇੱਕ ਹੀ ਨਿਸ਼ਾਨਾ ਹੈ ਇਸ ਵੇਲੇ, ਕਿਉਂਕਿ ਬਾਕੀ ਗੱਲਾਂ ਅਸੀਂ ਆਲਰੇਡੀ ਕਹਿ ਚੁੱਕੇ, ਇਕੱਲੇ ਇਕੱਲੇ ਲੀਡਰ ਨੂੰ ਬੁਲਾ ਕੇ ਪਾਰਟੀ ਸੁਣ ਚੁੱਕੀ, ਹੁਣ ਉਹਦਾ ਕੋਈ ਮਤਲਬ ਬਣਦਾ ਨਹੀਂ, ਹੁਣ ਸਿਰਫ ਕਿਸਾਨੀ ਮੁੱਦੇ ਤੇ ਗੱਲ ਹੋਵੇ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਵਾਸਤੇ। ਕਾਂਗਰਸ ਦੇ ਐਮਪੀ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਸਾਡੇ ਨਾਲ ਮੌਜੂਦ ਸਨ। ਔਜਲਾ ਨੇ ਤਮਾਮ ਗੱਲਾਂ ਨੂੰ ਲੈ ਕੇ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਹਾਲਾਂਕਿ ਕਿਸੇ ਵੀ ਪੱਖ ਬਾਰੇ ਖੁੱਲ੍ਹ ਕੇ ਬੋਲਦੇ ਨਹੀਂ ਨਜ਼ਰ ਆਏ। ਔਜਲਾ ਕਹਿ ਰਹੇ ਨੇ ਕਿ ਜਿੱਦਾਂ ਹਾਈਕਮਾਨ ਕਰੇਗਾ ਉਹ ਫੈਸਲਾ ਮਨਜ਼ੂਰ ਹੋਏਗਾ। ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੋਵੇਂ ਮਿਲ ਕੇ 2022 ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਨੇ, ਇਹ ਦਾਅਵਾ ਕਰ ਰਹੇ ਨੇ ਗੁਰਜੀਤ ਸਿੰਘ ਔਜਲਾ। ਔਰ ਇਸ ਦੇ ਨਾਲ ਹੀ ਗੁਰਜੀਤ ਸਿੰਘ ਔਜਲਾ ਹੁਣਾਂ ਨੇ ਸੁਖਬੀਰ ਬਾਦਲ ਹੁਣਾਂ 'ਤੇ ਵੀ ਨਿਸ਼ਾਨਾ ਸਾਧਿਆ, ਕਿਉਂਕਿ ਪਿਛਲੇ ਦਿਨੀ ਸੁਖਬੀਰ ਬਾਦਲ ਹੁਣਾਂ ਨੇ ਜੋ ਬਿਆਨ ਦਿੱਤਾ ਸੀ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਲੈ ਕੇ, ਗੁਰਜੀਤ ਸਿੰਘ ਔਜਲਾ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਆਪਣੇ ਘਰ ਦੇ ਵਿੱਚ ਝਾਤੀ ਮਾਰਨ, ਕਿਉਂਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਪਿੱਛੇ ਕਰਕੇ ਸੀਐਮ ਬਣਨਾ ਚਾਹੁੰਦੇ ਨੇ। ਇਹ ਗੱਲ ਗੁਰਜੀਤ ਔਜਲਾ ਹੁਣਾਂ ਨੇ ਕਹੀ ਹੈ ਅਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਅਸੀਂ ਰਣਨੀਤੀ ਬਣਾ ਰਹੇ ਹਾਂ ਔਰ ਕਿਸਾਨ ਅੰਦੋਲਨ ਦੇ ਮੁੱਦੇ 'ਤੇ, ਖੇਤੀਬਾੜੀ ਕਾਨੂੰਨਾਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ ਜਾਏਗਾ। ਹੋਰ ਤਮਾਮ ਖਬਰਾਂ ਅਤੇ ਅਪਡੇਟਸ ਲਈ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਦੇ ਨਾਲ। ਧੰਨਵਾਦ।